ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਗੱਲ ਕਰਨ ਜਾ ਰਹੇ ਹਾਂ ਗੈਰੀ ਸੰਧੂ ਦੀ। ਜਿਵੇਂ ਕਿ ਤੁਹਾਨੂੰ ਪਤਾ ਦੋਸਤੋ, ਗੈਰੀ ਸੰਧੂ ਦੀ ਮੈਰਿਜ ਹੋ ਚੁੱਕੀ ਹੈ ਅਤੇ ਉਹਨਾਂ ਨੇ ਕਨਫਰਮ ਵੀ ਕੀਤਾ ਸੀ। ਨਾਲ ਤੁਹਾਨੂੰ ਇਹ ਵੀ ਪਤਾ ਹੋਏਗਾ ਦੋਸਤੋ, ਉਹਨਾਂ ਦੇ ਇੱਕ ਬੇਬੀ ਵੀ ਹੋ ਚੁੱਕਿਆ ਹੈ, ਬੇਬੀ ਬੋਏ। ਉਹਨਾਂ ਦੀ ਫੋਟੋਜ਼ ਉਹ ਸੋਸ਼ਲ ਮੀਡੀਆ ਉੱਪਰ ਪਾਉਂਦੇ ਰਹਿੰਦੇ ਨੇ। ਅਤੇ ਸੋਸ਼ਲ ਮੀਡੀਆ ਉੱਪਰ ਗੈਰੀ ਸੰਧੂ ਵੈਸੇ ਹੀ ਬਹੁਤ ਐਕਟਿਵ ਹੈਗੇ ਨੇ। ਸੋਸ਼ਲ ਮੀਡੀਆ ਉੱਪਰ ਉਹਨਾਂ ਦੀ ਕਾਮੇਡੀ ਸਭ ਤੋਂ ਜ਼ਿਆਦਾ ਫੇਮਸ ਹੈ ਅਤੇ ਉਹਨਾਂ ਦੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ। ਹੁਣ ਗੱਲ ਕਰਨ ਜਾ ਰਹੇ ਹਾਂ ਦੋਸਤੋ ਰੀਸੈਂਟ ਵੀਡੀਓ ਦੀ, ਜਿਹਦੇ ਵਿੱਚ ਗੈਰੀ ਸੰਧੂ ਆਪਣੇ ਘਰ ਆਉਂਦੇ ਨੇ ਅਤੇ ਘਰ ਦੇ ਵਿੱਚ ਜਦੋਂ ਵੜਦੇ ਨੇ ਅਤੇ ਫਰਿੱਜ ਵਗੈਰਾ ਖੋਲ੍ਹ ਕੇ ਦੇਖਦੇ ਨੇ, ਦਿਖਾਉਂਦੇ ਨੇ ਆਪਣੇ ਫੈਨਸ ਨੂੰ ਕਿ ਸਭ ਕੁਛ ਇੱਥੇ ਖਾਲੀ ਪਿਆ ਹੋਇਆ, ਇੱਥੇ ਖਾਣ ਪੀਣ ਨੂੰ ਕੁਛ ਵੀ ਨਹੀਂ ਹੈਗਾ। ਉਹਨਾਂ ਦੀ ਜਿਹੜੀ ਵਾਈਫ ਹੈ ਉਹ ਆਪਣੇ ਪੇਕੇ ਗਈ ਹੋਈ ਹੈ ਜਾਂ ਦੋਸਤੋ, ਜਿਸ ਤੋਂ ਬਾਅਦ ਗੈਰੀ ਸੰਧੂ ਤੰਗ ਹੋ ਜਾਂਦੇ ਨੇ ਅਤੇ ਇਹ ਕਹਿੰਦੇ ਨੇ ਕਿ ਇੰਨਾ ਕੁ ਟਾਈਮ ਨਹੀਂ ਹੈਗਾ ਸਾਡੇ ਕੋਲ ਕਿ ਅਸੀਂ ਬਾਹਰ ਜਾ ਕੇ ਕੁਛ ਖਰੀਦੀਏ। ਅਤੇ ਉਹਨਾਂ ਨੇ ਇਹ ਵੀਡੀਓ ਰਿਕਾਰਡ ਕਰਕੇ ਸੋਸ਼ਲ ਮੀਡੀਆ ਉੱਪਰ ਪਾਈ। ਆਓ ਤਾਂ ਦਿਖਾਉਂਦੇ ਹਾਂ ਗੈਰੀ ਸੰਧੂ ਦੀ ਇਹ ਵੀਡੀਓ। ਘਰ ਵਾਲੀ ਪੇਕਿਆਂ ਨੂੰ ਗਈ ਆ ਅਤੇ ਫਰਿੱਜ ਸਾਡੀ ਜਿੱਦਾਂ ਕੁਛ ਨਹੀਂ ਰੱਖਿਆ ਫਰਿੱਜ 'ਚ, ਅਤੇ ਆਪਾਂ ਇੰਨੇ ਕੁ ਲੈ ਦੀਆਂ ਸ਼ੌਪ ਨਹੀਂ, ਸ਼ੌਪ 'ਤੇ ਨਹੀਂ ਜਾ ਸਕਦੇ। ਹੁਣ ਉਹ ਗਾਣਾ ਹੁਣ ਚੇਤੇ ਆਉਂਦਾ, ਕਦੇ ਵੀ ਪੇਕੇ ਜਾ ਨਾ ਪੇਕੇ, ਜਲਦੀ ਘਰ ਨੂੰ ਆ ਨਹੀਂ ਪੇਕੇ।